ਕਿ ਕੀ ਉਹ ਪਿੰਡਾਂ ਦੀਆਂ ਪੁਰਾਣੀਆਂ ਤਰ੍ਹਾਂ ਅੱਜ ਵੀ ਬਰਕਰਾਰ ਨੇ? ਹਾਂਜੀ ਮੈਡਮ, ਇੱਥੇ ਨਾ ਹੀ ਪੰਜਾਬ ਤੇ ਪਿੰਡਾਂ 'ਚ ਆਏ ਆ ਵੀ ਗੱਲ ਵੀ ਆਪਣਾ ਘਰ ਦਾ ਖਾਣਾ ਪੀਣਾ ਸਾਰਾ ਕਣਕ ਆਪਣੀ ਹੈ ਅਤੇ ਮੱਕੀ ਵੀ ਆਪਣੀ ਹੁੰਦੀ ਹੈ ਅਤੇ ਮੱਝਾਂ ਰੱਖੀਆਂ ਹੋਈਆਂ ਅਸੀਂ ਆਪ, ਦੁੱਧ ਦਾ ਹੀ ਸਾਡਾ ਆਪਣਾ ਘਰ ਦਾ। ਇਸ ਕਰਕੇ ਸ਼ਹਿਰ 'ਚ ਤਾਂ ਐਂ ਵੀ ਲੋਕ ਡਰਾਈ ਫਰੂਟ ਜ਼ਿਆਦਾ ਖਾਂਦੇ ਆ ਅਤੇ ਪਿੰਡਾਂ 'ਚ ਸਾਡਾ ਆਪਣਾ ਖਾਣਾ ਪੀਣਾ, ਇਸ ਕਰਕੇ ਪਿੰਡਾਂ ਦੇ ਲੋਕ ਜ਼ਿਆਦਾ ਚੰਗੇ ਆ ਅਤੇ ਸਾਡੇ ਇੱਥੇ ਹਵਾ ਖੁੱਲ੍ਹੀ ਆ, ਸ਼ੋਰ ਪ੍ਰਦੂਸ਼ਣ ਨਹੀਂ ਹੈਗੇ ਇੱਥੇ, ਇਹਦਾ ਹੀ ਫਰਕ ਹੈ। ਅਤੇ ਇਸ ਕਰਕੇ ਪਿੰਡਾਂ ਦਾ ਖਾਣਾ ਪੀਣਾ ਹੀ ਵਧੀਆ ਜੀ, ਆਪਣਾ ਘਰ ਦਾ ਸਾਰਾ ਹੀ, ਇਹ ਫਰਕ ਹੈ ਜੀ ਪਿੰਡਾਂ ਦੇ ਸ਼ਹਿਰਾਂ ਦਾ। ਬਹੁਤ ਬਹੁਤ ਧੰਨਵਾਦ ਜੀ।